ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਕਹਿੰਦੇ ਆ ਕਿ ਇਜਲਾਸ ਲੱਗਦਾ ਹੈ ਕਿ ਇਸ ਕਰਕੇ ਕਿ ਪੰਜਾਬ ਦੇ ਮਸਲਿਆਂ ਦੀ ਗੱਲ ਹੋ ਸਕੇਗੀ, ਪੰਜਾਬ ਦੇ ਉਸ ਵਸਨੀਕ ਦੀ ਗੱਲ ਹੋ ਸਕੇਗੀ ਜਿਹਨੇ ਆਪਣੀ ਉਂਗਲ ਦੇ ਵਿੱਚ ਉਹ ਸ਼ਾਹੀ ਲਾਈ ਸੀਗੀ ਔਰ ਸ਼ਾਹੀ ਉਹ ਦਿਖਾਉਂਦਾ ਸੀਗਾ ਕਿ ਮੈਂ ਵੋਟ ਪਾ ਕੇ ਆਇਆ ਔਰ ਕਹਿੰਦਾ ਸੀਗਾ ਮੈਂ ਇਸ ਕਰਕੇ ਵੋਟ ਪਾ ਕੇ ਆਇਆ ਕਿ ਮੇਰੇ ਪਿੰਡ ਦਾ, ਮੇਰੇ ਹਲਕੇ ਦਾ, ਮੇਰੀ ਸੱਤ ਦਾ ਕੰਮ ਹੋ ਸਕੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਜਿਹੜਾ ਮੇਰੇ ਪਿੰਡ ਦਾ ਔਰ ਮੇਰੇ ਹਲਕੇ ਦਾ ਇੰਨਾ ਸੁਨਹਿਰਾ ਹੋ ਸਕੇ ਕਿ ਮੈਂ ਕਹਿ ਸਕਾਂ ਕਿ ਮੈਂ ਗੁਰਦਾਸਪੁਰ ਜ਼ਿਲ੍ਹੇ ਦਾ ਹੈਗਾ ਔਰ ਮੈਂ ਇੱਥੇ ਰਹਿਣਾ, ਮੈਂ ਲੁਧਿਆਣੇ ਦਾ ਹੈਗਾ ਜਾਂ ਫਿਰ ਮੈਂ ਮੋਗੇ ਦਾ ਹੈਗਾ ਜਾਂ ਫਿਰ ਮੈਂ ਉਹਨਾਂ ਪਿੰਡਾਂ ਤੋਂ ਨਿਕਲ ਕੇ ਆਉਂਦਾ, ਮੈਂ ਪਿੰਡ ਘੱਗੇ ਤੋਂ ਹੈਗਾ, ਮੈਂ ਪਿੰਡ ਨਿਕਲ ਕੇ ਆਇਆ ਨਿਰੱਤੇ ਤੋਂ। ਕਹਿਣ ਦਾ ਭਾਵ ਹੈ ਜੀ ਕਿ ਉਹ ਇੱਕ ਪ੍ਰਾਊਡ ਨਾਲ ਕਹਿ ਸਕੇ ਕਿ ਮੇਰੇ ਪਿੰਡ ਦੇ ਵਿੱਚ ਜਾਂ ਮੇਰੇ ਹਲਕੇ ਦੇ ਵਿੱਚ ਕੰਮ ਹੋਇਆ, ਲੇਕਿਨ ਆਖਿਰਕਾਰ ਉਹ ਹੋਏਗਾ ਕਿ ਨਹੀਂ ਹੋਏਗਾ, ਇਸ ਕਰਕੇ ਹੀ ਇਜਲਾਸ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਔਰ ਇਹ ਇਜਲਾਸ ਜਿਹੜਾ ਹੁਣ 3 ਦਿਨ ਦਾ ਵਿਧਾਨ ਸਭਾ ਸੈਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ ਉਹ 3 ਦਿਨ ਦਾ ਲੱਗਣ ਜਾ ਰਿਹਾ ਜੀ ਪੰਜਾਬ ਦੇ ਅੰਦਰ, ਚੰਡੀਗੜ੍ਹ ਦੇ ਵਿੱਚ। ਲੇਕਿਨ ਹੁਣ ਮੁੱਦੇ ਕਿਹੜੇ ਕਿਹੜੇ ਪਖਣਗੇ, ਇਹ ਅਹਿਮ ਸਵਾਲ ਬਣਿਆ ਹੋਇਆ ਕਿ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਹੋਏਗਾ ਕਿ ਸਿਰਫ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਹੀ ਵੇਖਣ ਨੂੰ ਮਿਲੇਗੀ ਔਰ ਨੁਕਸਾਨੇ ਜਾਣਗੇ ਪੰਜਾਬ ਦੇ ਮੁੱਦੇ ਔਰ ਨੁਕਸਾਨਿਆ ਜਾਏਗਾ ਪੰਜਾਬ ਦਾ ਖਜ਼ਾਨਾ ਔਰ ਨੁਕਸਾਨੇ ਜਾਣਗੇ ਪੰਜਾਬ ਦਾ ਭਵਿੱਖ, ਇਹ ਇੱਕ ਅਹਿਮ ਸਵਾਲ ਬਣਿਆ ਹੋਇਆ। ਕਾਫੀ ਸਾਰੇ ਕਾਲਰਸ ਮੈਨੂੰ ਕਾਲ ਕਰ ਰਹੇ ਨੇ, ਉਹਨਾਂ ਦੇ ਵੀ ਤਰਕ ਪ੍ਰਤੀਕਰਮ ਅਸੀਂ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਭਾਜੀ, ਮੈਂ ਹਰਦੀਪ ਸਿੰਘ ਬੋਲ ਰਿਹਾ ਕਰੋਲੀ ਤੋਂ। ਹਰਦੀਪ ਸਿੰਘ ਜੀ, ਕੀ ਹੋ, ਕੀ ਹਾਲ ਹੈ ਤੁਹਾਡਾ? ਠੀਕ ਹੋ? ਠੀਕ ਹੈ ਭਾਜੀ, ਤੁਸੀਂ ਸੁਣਾਓ, ਠੀਕ ਠਾਕ ਹੋ? ਵੈਰੀ ਨਾਈਸ, ਕੀ ਕਹਿਣਾ ਚਾਹੋਗੇ? ਮੈਂ ਜਿਹੜਾ ਮੈਂ ਪਹਿਲਾਂ ਆਪਣਾ ਪੁਆਇੰਟ ਰੱਖਣ ਲੱਗਾ ਉਹਦੇ ਲਈ ਪਹਿਲਾਂ ਤਾਂ ਮੈਂ ਪਹਿਲਾਂ ਹੀ ਮੁਆਫੀ ਮੰਗ ਲੈਂਦਾ ਜੇਕਰ ਮੈਂ ਗਲਤ ਹੋਵਾਂ ਤਾਂ। ਜਿਹੜਾ ਸ਼ਰਧਾਂਜਲੀ ਸਿਸਟਮ ਆ ਸਾਡੀ ਅਸੈਂਬਲੀ ਦੇ ਵਿੱਚ, ਮੈਂ ਸੋਚਦਾ ਵੀ ਇਹ ਨਹੀਂ ਹੋਣਾ ਚਾਹੀਦਾ, ਕਿਉਂਕਿ ਅਸੀਂ ਜਦੋਂ ਆਪਣੇ ਜਿਹੜੇ MLA ਆ, ਜਦੋਂ ਇਹਨਾਂ ਨੂੰ ਚੁਣਦੇ, ਜਦੋਂ ਇਹ ਸਾਡੇ ਕੋਲ ਵੋਟਾਂ ਮੰਗਣ ਆਉਂਦੇ ਆ, ਇਹ ਕਦੇ ਵੀ ਸਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਮੈਨੂੰ ਵੋਟਾਂ ਪਾ ਕੇ MLA ਬਣਾਓ ਤੇ ਮੈਂ ਵਿਧਾਨ ਸਭਾ 'ਚ ਜਾ ਕੇ ਸ਼ਰਧਾਂਜਲੀ ਦੇਵਾਂਗਾ। ਇਹ ਕਦੇ ਵੀ ਇਹ ਗੱਲ ਮੈਂ ਅੱਜ ਤੱਕ ਕਿਸੇ ਲੀਡਰ ਦੇ ਮੂੰਹ ਤੋਂ ਨਹੀਂ ਸੁਣੀ। ਹਮੇਸ਼ਾ ਹੀ ਇਹ ਗੱਲ ਕਹਿੰਦੇ ਕਿ ਮੈਂ ਤੁਹਾਡੇ ਮੁੱਦੇ ਚੱਕਾਂਗਾ, ਮੈਂ ਆਹ ਕਰਾਂਗਾ, ਮੈਂ ਉਹ ਕਰਾਂਗਾ। ਤੇ ਸ਼ਰਧਾਂਜਲੀ ਐਕਚੁਅਲੀ ਅਸੀਂ ਕੋਈ ਵੀ ਜਿਹੜਾ ਜਾਂ ਕੋਈ ਦੇਸ਼ ਭਗਤ ਆ ਜਾਂ ਕੋਈ ਜਿਸ ਨੇ ਬਹੁਤ ਚੰਗਾ ਕੰਮ ਕੀਤਾ, ਹਰ ਇੱਕ ਤੁਸੀਂ ਦੇਖੋ ਤੁਹਾਡੇ ਆਪਣੇ ਦਿਲਾਂ ਦੇ ਵਿੱਚ ਹੈ ਇਹ ਗੱਲ। ਨਹੀਂ ਨਹੀਂ ਭਾਈ ਸਾਹਿਬ, ਇਹਦੇ 'ਚ ਮੈਂ ਕਰੈਕਟ ਕਰਨਾ ਚਾਹਾਂਗਾ। ਇੱਕ ਅਸੈਂਬਲੀ ਸੈਸ਼ਨ ਜਦੋਂ ਖਤਮ ਹੁੰਦਾ ਹੈ ਔਰ ਦੂਸਰਾ ਜਦੋਂ ਉਸ ਤੋਂ ਬਾਅਦ ਹੁੰਦਾ, ਇਸ ਮਿਆਦ ਦੇ ਵਿੱਚ ਜਿਹੜੀਆਂ ਵੀ ਮਸ਼ਹੂਰ ਸ਼ਖਸੀਅਤਾਂ ਜਿਵੇਂ ਅਟਲ ਬਿਹਾਰੀ ਵਾਜਪੇਈ ਜੀ ਚਲੇ ਗਏ, ਹੋਰ ਜਿਹੜੇ ਵੀ ਪੰਜਾਬ ਦੀ ਸਿਆਸਤ ਨਾਲ ਜੁੜੇ ਵੱਡੀਆਂ ਸ਼ਖਸੀਅਤਾਂ ਇਸ ਦੌਰਾਨ ਜਿਨ੍ਹਾਂ ਦੀ ਡੈਥ ਹੋਈ ਹੋਏਗੀ, ਉਹਨਾਂ ਨੂੰ ਓਬਿਚਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਹੀ ਲੋਕ ਸਭਾ 'ਚ ਦਿੰਦੇ ਆ, ਇੱਦਾਂ ਹੀ ਰਾਜ ਸਭਾ 'ਚ ਦਿੰਦੇ ਆ, ਜਿਹੜੇ ਨੈਸ਼ਨਲ ਲੀਡਰ ਹੁੰਦੇ ਆ ਅਤੇ ਨਾਲ ਜਿਹੜੀ ਪੰਜਾਬ ਉਸ ਰਾਜ ਦੇ ਨਾਲ ਸ਼ਖਸੀਅਤਾਂ ਜੁੜੀਆਂ ਹੁੰਦੀਆਂ ਜੀ। ਇਹ ਕਿਸੇ ਇਸੇ ਟ੍ਰੈਡੀਸ਼ਨ, ਉਹਨਾਂ ਨੂੰ ਓਬਿਚਰੀ ਦੇ ਕੇ ਪਹਿਲੇ ਦਿਨ ਇਹ ਹੁੰਦਾ ਕਿ ਸਾਰੇ ਅਸੈਂਬਲ ਹੁੰਦੇ ਨੇ, MLA ਸਾਰੇ ਅਸੈਂਬਲੀ 'ਚ ਓਬਿਚਰੀ ਰੈਫਰੈਂਸ ਦਿੰਦੇ ਨੇ ਕਿ ਸਾਡੇ ਪਿਛਲੇ ਸੈਸ਼ਨ ਤੋਂ ਲੈ ਕੇ ਇਸ ਸੈਸ਼ਨ ਦੇ ਵਿੱਚ ਜਿਹੜੀਆਂ ਜਿਹੜੀਆਂ ਹਸਤੀਆਂ ਸਾਨੂੰ ਛੱਡ ਕੇ ਚਲੀਆਂ ਗਈਆਂ, ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਅਤੇ ਫਿਰ ਆਪਣੇ ਘਰ ਚਲੇ ਜਾਂਦੇ। ਪਹਿਲੇ ਦਿਨ ਕੋਈ ਕੰਮ ਨਹੀਂ ਹੁੰਦਾ। ਹੁਣ ਅਸੀਂ ਕਹਿੰਦੇ 3 ਦਿਨ ਦਾ ਸੈਸ਼ਨ, 3 ਦਿਨ ਦਾ ਸੈਸ਼ਨ, ਪਹਿਲੇ ਦਿਨ ਤਾਂ ਨਿਕਲ ਗਿਆ। ਟੈਕਨੀਕਲ ਇਹ 2 ਹੀ ਦਿਨ ਦਾ ਸੈਸ਼ਨ ਹੈ, ਮੈਂ ਬਾਰ ਬਾਰ ਕਹਿ ਰਿਹਾ ਕਿ ਸੋਮਵਾਰ ਔਰ ਮੰਗਲਵਾਰ 2 ਦਿਨ ਬਚਣੇ ਆ ਜਿਹੜੇ ਪੂਰੀ ਤਰ੍ਹਾਂ ਗਾਮੇ ਦੇ ਪੇਟ ਚੜ੍ਹ ਗਏ। ਕਹਿੰਦੇ ਹਾਂ ਅਸੀਂ 3 ਦਿਨ ਦਾ ਸੈਸ਼ਨ, ਇਹ 3 ਦਿਨ ਦਾ ਨਹੀਂ ਹੁੰਦਾ, ਇਟਸ ਜਸਟ 2 ਡੇਜ਼, ਕਿ ਪਹਿਲੇ ਦਿਨ ਸਾਰੇ ਬੰਦੇ ਨੇ, ਹੁਣ ਅਟਲ ਬਿਹਾਰੀ ਵਾਜਪੇਈ ਜੀ ਨੂੰ, ਬਾਕੀਆਂ ਨੂੰ ਸਭ ਨੂੰ ਸ਼ਰਧਾਂਜਲੀਆਂ ਹੋਣਗੀਆਂ, ਉਸ ਤੋਂ ਉੱਠ ਕੇ ਸਾਰੇ ਘਰ ਚਲੇ ਜਾਣਗੇ ਜੀ। ਨੈਕਸਟ ਨਵੀਨ ਜੀ, ਤੁਸੀਂ ਇਹ ਦੇਖੋ ਕਿ ਸਾਨੂੰ 3 ਦਿਨ ਵੀ ਨਹੀਂ, ਸਾਨੂੰ ਸੈਸ਼ਨ ਆਪਣਾ ਤੁਸੀਂ ਜਦੋਂ ਦੱਸਿਆ ਇੱਕ ਦਿਨ ਸ਼ਰਧਾਂਜਲੀਆਂ 'ਚ ਨਿਕਲ ਗਿਆ, ਰਹਿ ਗਿਆ 2 ਦਿਨ, ਸਾਨੂੰ ਪਾਗਲ ਇੱਦਾਂ ਬਣਾਇਆ ਜਾ ਰਿਹਾ ਕਿ 5 ਦਿਨ ਦਾ ਸੈਸ਼ਨ। ਨਹੀਂ ਨਹੀਂ, ਅਸੀਂ ਵੀ ਦੇਖੋ, ਅਸੀਂ ਆਪਣੇ ਪ੍ਰੋਗਰਾਮ 'ਚ ਸਵਾਲ ਇਹੀ ਚੁੱਕ ਰਹੇ ਹਾਂ ਕਿ ਅਸੈਂਬਲੀਆਂ ਦੇ ਜਿਹੜੇ ਸੈਸ਼ਨ ਹੁੰਦੇ ਨੇ, ਹਰਿਆਣਾ ਦਾ ਹੈ ਨਾਲ, ਉਹ ਵੀ 2 ਦਿਨ ਦਾ, ਪੰਜਾਬ ਦਾ ਮੌਨਸੂਨ ਸੈਸ਼ਨ ਹੈ, ਹੁਣ ਮੌਨਸੂਨ ਤੋਂ ਬਾਅਦ ਵਿੰਟਰ ਸੈਸ਼ਨ ਹੋਏਗਾ। ਮੌਨਸੂਨ ਸੈਸ਼ਨ, ਵਾਈ ਇਟ ਇਜ਼ ਓਨਲੀ ਫੋਰ 3 ਡੇਜ਼, ਵਾਈ ਇਟ ਇਜ਼ ਓਨਲੀ ਫੋਰ 2 ਡੇਜ਼, ਤੁਸੀਂ ਆਓ 15 ਦਿਨ ਲਾਓ, 10 ਦਿਨ ਲਾਓ, ਇਕੱਠੇ ਬੈਠ ਕੇ ਕਹੋ ਜੀ ਇਹ ਮਸਲਾ ਨਿਪਟਾਵਾਂਗੇ, ਅਸੀਂ 2 ਦਿਨ ਰਣਜੀਤ ਸਿੰਘ ਕਮਿਸ਼ਨ ਡਿਸਕਸ ਕਰਾਂਗੇ, 3 ਦਿਨ ਅਸੀਂ ਰਣਜੀਤ ਸਿੰਘ ਕਮਿਸ਼ਨ ਦੀ ਗੱਲ ਡਿਸਕਸ ਕਰਾਂਗੇ, 3ਰੇ ਦਿਨ ਅਸੀਂ ਸਿਰਫ ਡਰੱਗਸ ਡਿਸਕਸ ਕਰਾਂਗੇ, 4ਥੇ ਦਿਨ ਅਸੀਂ ਸਿਰਫ ਕਿਸਾਨਾਂ ਦੇ ਮਸਲੇ ਚੱਕਾਂਗੇ। ਇਹੋ ਜਿਹਾ ਕੋਈ ਏਜੰਡਾ ਪੋਲੀਟੀਕਲ ਪਾਰਟੀਆਂ ਬਣਾਉਂਦੀਆਂ ਹੀ ਨਹੀਂ, ਸਿਰਫ ਆਪਣੇ ਸਿਆਸੀ ਫਾਇਦੇ ਵਾਸਤੇ, ਵੋਟਰਾਂ ਨੂੰ ਮੂਰਖ ਬਣਾਉਣ ਵਾਸਤੇ। ਤੁਹਾਨੂੰ ਲੱਗਦਾ ਤੁਸੀਂ ਮੰਨ ਕੇ ਚੱਲੋ? ਆਈ ਥਿੰਕ ਤੁਹਾਡਾ ਸਵਾਲ ਕਲੀਅਰ ਹੋ ਗਿਆ ਜੀ। ਬਿਲਕੁਲ ਕਲੀਅਰ ਹੈ, ਮੈਂ ਤੁਹਾਨੂੰ ਦੱਸ ਰਿਹਾ। ਸਭ ਤੋਂ ਪਹਿਲੇ ਕਾਲਰ ਆਏ ਸੀ ਜਿਹੜੀ, ਉਹਨਾਂ ਨੇ ਗੱਲ ਕਹੀ ਸੀ ਕਿ ਇਸ ਦੀ ਕੋਈ ਡੈਡਲਾਈਨ ਹੋਣੀ ਚਾਹੀਦੀ, ਇਹ ਵਾਕਈ ਬਹੁਤ ਸਹੀ ਗੱਲ ਹੈ। ਨਹੀਂ ਹੋ ਸਕਦੀ, ਮੈਂ ਭਾਈ ਸਾਹਿਬ, ਮੈਂ ਕੋਈ ਡੈਡਲਾਈਨ ਹੋਣੀ ਚਾਹੀਦੀ ਹੈ? ਕਿਹੜੀ ਪੋਲੀਟੀਕਲ ਪਾਰਟੀ ਹੈ ਭਾਈ ਸਾਹਿਬ ਜਿਹੜੀ ਆਪਣੇ ਸਿਰ ਤੇ ਜ਼ਿੰਮੇਵਾਰੀ ਲਈ, ਕਿਹੜੀ ਪੋਲੀਟੀਕਲ ਪਾਰਟੀ ਹੈ ਕਹਿ ਸਕਦੀ ਹੈ? ਦੇਖੋ ਮੈਂ ਅਮਰਿੰਦਰ ਸਿੰਘ, ਇੱਕ ਮਿੰਟ ਭਾਈ ਸਾਹਿਬ ਗੱਲ ਸੁਣੋ, ਅਮਰਿੰਦਰ ਸਿੰਘ ਜੀ ਨੇ, ਅਮਰਿੰਦਰ ਸਿੰਘ ਸੀਗੇ, ਉਹਨਾਂ ਨੇ ਗੁਟਕਾ ਸਾਹਿਬ ਚੁੱਕ ਕੇ ਸ਼ਪਥ ਲਈ ਕਿ ਮੈਂ ਡਰੱਗਸ ਖਤਮ ਕਰ ਦਾਂਗਾ, ਬਟ ਉਹ ਪੋਜੀਸ਼ਨ 'ਚ ਹੈਗੇ ਕਿ ਮੈਂ ਅੱਗੇ ਕਹਾਂ ਮੈਂ 6 ਮਹੀਨੇ 'ਚ ਡਰੱਗਸ ਖਤਮ ਕਰ ਦਾਂਗਾ, ਮੈਂ 8 ਮਹੀਨੇ 'ਚ ਪੂਰੇ ਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਦਾਂਗਾ, ਮੈਂ 10 ਮਹੀਨੇ 'ਚ ਗਰੀਬੀ ਦੂਰ ਕਰ ਦਾਂਗਾ, ਮੈਂ 11 ਮਹੀਨੇ 'ਚ
ਦੂਜੇ ਕਿਸਾਨਾਂ ਦੇ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਾਂਗੇ ਮੇਰੇ ਡੈਡਲਾਈਨ ਦੀ ਛੜੀ ਨਹੀਂ ਨਹੀਂ ਮੈਂ ਮੰਨ ਗਿਆ ਤੁਹਾਡੀ ਗੱਲ ਜਾਦੂ ਇਹ ਫਿਰ ਆ ਕੇ ਕੀ ਕਹਿੰਦੇ ਨੇ ਤੁਹਾਨੂੰ ਸੁਣੋ ਮੇਰੀ ਗੱਲ ਇਹ ਸਿਆਸਤਦਾਨ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਮੈਂ ਪੰਜਾਬ ਦੀ ਨਹੀਂ ਗੱਲ ਕਰ ਰਿਹਾ ਹਰ ਸਟੇਟ ਹਰ ਸੂਬੇ 'ਚ ਪੰਜਾਬ ਇੰਡੀਆ 'ਚ ਇਹ ਹੁੰਦਾ ਵੱਡੇ ਵੱਡੇ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਜਦੋਂ ਆ ਕੇ ਸੀਟ 'ਤੇ ਬਹਿੰਦੇ ਹੈ ਸਭ ਤੋਂ ਵੱਡਾ ਲੌਜਿਕ ਖਜ਼ਾਨਾ ਖਾਲੀ ਹੈ ਜੀ ਕੀ ਕਰੀਏ ਅਸੀਂ ਇਹ ਕਰ ਨਹੀਂ ਸਕਦੇ ਸਾਨੂੰ ਇਹਦਾ ਸਹਿਯੋਗ ਨਹੀਂ ਅੱਛਾ ਸਾਨੂੰ ਸੈਂਟਰ ਵਾਲੇ ਮਦਦ ਨਹੀਂ ਕਰ ਰਹੇ ਨਰਿੰਦਰ ਮੋਦੀ ਸਾਨੂੰ ਮਦਦ ਨਹੀਂ ਕਰ ਰਿਹਾ ਸਾਨੂੰ ਇਹ ਨਹੀਂ ਕਰਦਾ ਦੇ ਗਿਵ ਯੂ ਆਲ ਐਕਸਕਿਊਜ਼ ਇਹ ਦਿੰਦੇ ਰਹਿਣਗੇ ਬਾਨੇਬਾਜ਼ੀ ਚੱਲਦੀ ਰਹੇਗੀ ਫਿਰ 5 ਸਾਲ ਪੂਰੇ ਹੋ ਜਾਣੇ ਆ ਫਿਰ ਕੋਈ ਨਵੀਂ ਕਹਾਣੀ ਲੈ ਕੇ ਲੋਕਾਂ ਦੇ ਸਾਹਮਣੇ ਚਲੇ ਜਾਣਗੇ ਦਿਸ ਇਜ਼ ਹੈਪਨਿੰਗ ਨਵੀਨ ਜੀ ਤੁਸੀਂ ਨਹੀਂ ਸੋਚਦੇ ਕਿ ਇਹ ਇਲੈਕਸ਼ਨ ਕਮਿਸ਼ਨ ਨੂੰ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਇਜ਼ ਆਲਸੋ ਡੋਂਟ ਮੈ ਉਹ ਵੱਡੀ ਬਹਿਸ ਹੈ ਭਾਈ ਸਾਹਿਬ ਸੁਣੋ ਮੇਰੀ ਗੱਲ ਉਹਦੇ ਵਾਸਤੇ ਇੱਕ ਸੈਕਿੰਡ ਮੇਰਾ ਬੋਲੋ ਬੋਲੋ ਜੀ ਬੋਲੋ ਕਿ ਜੇਕਰ ਇਲੈਕਸ਼ਨ ਕਮਿਸ਼ਨ ਰਿਸਪੌਂਸਿਬਿਲਿਟੀ ਲਵੇ ਕਿ ਜਦੋਂ ਕਿਸੇ ਵੀ ਗਵਰਨਮੈਂਟ ਦੀ ਟਰਮ ਜਿਹੜੀ ਆ ਉਹ ਖਤਮ ਹੋਣੇ ਵਾਲੀ ਆ ਉਹ 3-4 ਮਹੀਨੇ ਪਹਿਲਾਂ ਪੂਰਾ ਦੱਸੇ ਕਿ ਗਵਰਨਮੈਂਟ ਦੇ ਕੋਲ ਕਿੰਨਾ ਪੈਸਾ ਆਇਆ ਕਿੰਨਾ ਕਰਜ਼ਾ ਤਾਂ ਕਿ ਜਿਹੜੀ ਦੂਜੀ ਪਾਰਟੀ ਆ ਉਹ ਆਪਣੇ ਜਿਹੜੇ ਮੈਨੀਫੈਸਟੋ ਜਾਰੀ ਕਰਨ ਤੋਂ ਪਹਿਲਾਂ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਕੋਲ ਇੰਨਾ ਪੈਸਾ ਤੇ ਨਹੀਂ ਸੁਣੋ ਮੇਰੀ ਗੱਲ ਉਹ ਵੀ ਪੋਸੀਬਲ ਨਹੀਂ ਹੈ ਜੀ ਮੌਕਾ ਨਾ ਮਿਲੇ ਕਿ ਖਜ਼ਾਨਾ ਖਾਲੀ ਆ ਤੁਹਾਡਾ ਬੜੇ ਸੂਝਵਾਨ ਤੁਸੀਂ ਹੈਗੇ ਹੋ ਤੁਸੀਂ ਅੱਛਾ ਸੁਜੈਸ਼ਨ ਦੇ ਰਹੇ ਹੋ ਪਰ ਐਸ ਫਾਰ ਐਸ ਆਈ ਥਿੰਕ ਨਹੀਂ ਹੋਣਾ ਐਪਲੀਕੇਬਲ ਤੁਸੀਂ ਜਾਣਦੇ ਹੋ ਚੋਣ ਕਮਿਸ਼ਨ ਬਣੀ ਰਹੇ ਹੋ ਸਰ ਇੱਥੇ ਦੁਨੀਆ ਭਰ ਦੇ ਵੋਟਰ ਦੇ ਰਹੇ ਹੈ ਵੋਟਾਂ ਦੇ ਰਹੇ ਹੈ ਹਰ 5 ਸਾਲ ਬਾਅਦ ਅਸੀਂ ਵਿਧਾਨ ਸਭਾ ਚੁਣਦੇ ਹਾਂ ਹਰ 5 ਸਾਲ ਬਾਅਦ ਲੋਕ ਸਭਾ ਚੁਣਦੇ ਹਾਂ ਇਹ ਸਿਸਟਮ ਇੰਡੀਅਨ ਡੈਮੋਕ੍ਰੇਸੀ ਤਾਂ ਚੱਲ ਹੀ ਰਿਹਾ ਜਿੱਥੋਂ ਤੱਕ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਗੱਲ ਕੀਤੀ ਇਲੈਕਸ਼ਨ ਕਮਿਸ਼ਨ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਦੇ ਨੇ ਇਲੈਕਸ਼ਨ ਕਮਿਸ਼ਨ ਦਾ ਹਮੇਸ਼ਾ ਇਹ ਕਹਿੰਦੇ ਨੇ ਕਿ ਸੈਂਟਰਲ ਗਵਰਨਮੈਂਟ ਦਾ ਉਹਦਾ ਪਪੇਟ ਹੈ ਜਿਵੇਂ CBI ਦਾ ਨਾਂ ਲੈਂਦੇ ਨੇ ਜੀ ਤੋਤਾ ਹੈ ਸਰਕਾਰ ਦਾ ਮੈਂ ਕਹਿੰਦਾ ਇਲੈਕਸ਼ਨ ਕਮਿਸ਼ਨ ਵੀ ਸਰਕਾਰ ਦਾ ਪਪੇਟ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਵੀ EVM ਇਹ ਉਹ ਜੋ ਸਰਕਾਰ ਚਾਹੁੰਦੀ ਹੈ ਤੁਸੀਂ ਨੋਟਿਸ ਕਰਨਾ ਗੁਜਰਾਤ ਦੇ ਚੁਣਾਵ ਹੋਏ ਜਿਹੜੇ ਵੀ ਚੁਣਾਵ ਹੋਏ ਜਿਹੜੀ ਕੇਂਦਰ ਸਰਕਾਰ ਨੂੰ ਸੂਟ ਕਰਦੀਆਂ ਡੇਟਾਂ ਇਲੈਕਸ਼ਨ ਕਮਿਸ਼ਨ ਹਮੇਸ਼ਾ ਉਹ ਸ਼ਡਿਊਲ ਬਣਾਉਂਦਾ ਹੈ ਯੂ ਆਲਸੋ ਅੰਡਰਸਟੈਂਡ ਥੋੜ੍ਹੇ ਦਿਨ ਪਹਿਲਾਂ ਇਲੈਕਸ਼ਨ ਕਮਿਸ਼ਨਾਂ ਦੀ ਇੱਕ ਲਗਾਏ ਸੀ ਭਾਈ ਸਾਹਿਬ ਉਹ ਕੌਣ ਸੀ ਹੀ ਵਾਜ਼ ਫਾਰਮਰ IAS ਆਫਿਸਰ ਫਰੋਮ ਗੁਜਰਾਤ ਤਦ ਮੀਡੀਆ ਨੇ ਸਾਰੀ ਦੁਨੀਆ ਨੇ ਵਿਪਕਸ਼ ਨੇ ਕਿਹਾ ਕਿ ਜੀ ਨਰਿੰਦਰ ਮੋਦੀ ਨੇ ਉਹ ਬੰਦਾ ਲਾਤਾ ਜਿਹੜਾ ਇਹਨਾਂ ਨੂੰ ਸੂਟ ਕਰੇਗਾ ਅਤੇ ਇਲੈਕਸ਼ਨ ਕਮਿਸ਼ਨ ਕੌਣ ਹੈ ਇਲੈਕਸ਼ਨ ਕਮਿਸ਼ਨ ਦੇ ਨੁਮਾਇੰਦੇ ਇਲੈਕਸ਼ਨ ਕਮਿਸ਼ਨ ਕੌਣ ਚੁਣਦਾ ਕੇਂਦਰ ਸਰਕਾਰ ਚੁਣਦੀ ਹੈ ਲੈਟਸ ਗੈਟ ਬੈਕ ਟੂ ਦੀ ਸੈਸ਼ਨ ਦਿਸ ਇਜ਼ ਨੋਟ ਗੋਇੰਗ ਟੂ ਹੈਪਨ ਕਾਲਰਸ ਨੇ ਉਹਨਾਂ ਦੀ ਵੀ ਗੱਲ ਆਪਾਂ ਜਾਣ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਇਜਲਾਸ ਦੀ ਅਸੀਂ ਗੱਲ ਕਰਾਂਗੇ ਮੇਰੇ ਨਾਲ ਹੋਰ ਵੀ ਕਾਲਰਸ ਨੇ ਉਹਨਾਂ ਦੀ ਵੀ ਅਸੀਂ ਗੱਲ ਸਮਝ ਲਈਏ ਉਹ ਕੀ ਕਹਿਣਾ ਚਾਹੁੰਦੇ ਹਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੋ ਹੈਲੋ ਹਰਕੀਰਤ ਸਿੰਘ ਜੀ ਆਪ ਤੁਹਾਨੂੰ ਤੇ ਸ਼ਰਮਾ ਜੀ ਨੂੰ ਗੁਰਦੇਵ ਸਿੰਘ ਭੋਗਲ ਵੱਲ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੋਗਲ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਚੜ੍ਹਦੀ ਕਲਾ ਜੀ ਜੀ ਬਿਲਕੁਲ ਸੁਣ ਰਿਹਾ ਤੁਹਾਡਾ ਪ੍ਰੋਗਰਾਮ ਬੜੇ ਗੌਰ ਦੇ ਨਾਲ ਤੇ ਮੈਂ ਕਿਹਾ ਚਲੋ ਆਪਣੇ 1-2 ਮਿੰਟ ਲਾ ਲਈਏ ਆਪਾਂ ਵੀ ਜੀ ਜੀ ਤੇ ਜਿਹੜੇ ਜਿਹੜੇ ਮੁੱਦੇ ਜਿਹੜੇ ਅੱਜ ਜੋ ਕੁਝ ਚੱਲ ਰਿਹਾ ਨਾ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਮੈਂ ਤੇ 2-4 ਗੱਲਾਂ ਕਰਨੀਆਂ ਸਿਰਫ ਆਪਣੇ ਹਰਕੀਰਤ ਸਿੰਘ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਦੇਖੋ UK ਨੂੰ ਮਦਰ ਆਫ ਡੈਮੋਕ੍ਰੇਸੀ ਕਹਿੰਦੇ ਨੇ ਪਰ ਇਹ ਐਵੇਂ ਨਹੀਂ ਕਹਿੰਦੇ ਜੀ ਇਹਦਾ ਕਾਰਨ ਜ਼ਰੂਰ ਆ ਦੁਨੀਆ ਤੇ ਰਾਜ ਕੀਤਾ ਰਾਜ ਕਰਨ ਵਾਸਤੇ ਦੋਨੋਂ ਚੀਜ਼ਾਂ ਚਾਹੀਦੀਆਂ ਨੇ ਇੱਕ ਮਿਲਟਰੀ ਵੀ ਚਾਹੀਦੀ ਆ ਤੇ ਮਿਸ਼ਨਰੀ ਵੀ ਚਾਹੀਦੀ ਆ ਜਿਵੇਂ ਸਾਡਾ ਸਿਧਾਂਤ ਇਹ ਹੈਗਾ ਹੀ ਆ ਆਪਣੇ ਸੰਤ ਤੇ ਸਿਪਾਹੀ ਵਾਲਾ ਮੀਰੀ ਤੇ ਪੀਰੀ ਵਾਲਾ ਇਹਨਾਂ ਨੇ ਲੇਕਿਨ ਪ੍ਰੈਕਟੀਕਲੀ ਲਾਗੂ ਕੀਤਾ ਅੰਗਰੇਜ਼ ਜਿੱਤ ਮੈਂ ਅਫਰੀਕਾ ਵੀ ਰਿਹਾ 6-7 ਸਾਲ ਜਿੱਥੇ ਗਏ ਇਹਨਾਂ ਨੇ ਮਿਲਟਰੀ ਵੀ ਨਾਲ ਰੱਖੀ ਆ ਤੇ ਮਿਸ਼ਨਰੀ ਵੀ ਨਾਲ ਰੱਖੀ ਆ ਤੇ ਜਦੋਂ ਮਿਲਟਰੀ ਦੀ ਲੋੜ ਸੀ ਮਿਲਟਰੀ ਯੂਜ਼ ਕੀਤੀ ਆ ਜਦੋਂ ਮਿਸ਼ਨਰੀ ਦੀ ਲੋੜ ਕੀਤੀ ਆ ਅਕਲਮੰਦੀ ਦੇ ਜਿਹੜੇ ਰਾਜ ਜਿਹੜੇ ਹੁੰਦੇ ਨੇ ਮੇਰੇ ਕਹਿਣ ਤੋਂ ਭਾਵ ਆ ਹਰਕੀਰ ਸਿੰਘ ਜੀ ਜਿਹੜੇ ਰਾਜ ਹੁੰਦੇ ਨੇ ਅਕਲਮੰਦੀ ਨਾਲ ਹੁੰਦੇ ਨੇ ਸਿਆਣਪ ਨਾਲ ਹੁੰਦੇ ਨੇ ਦਾਨਿਸ਼ਮੰਦੀ ਨਾਲ ਹੁੰਦੇ ਨੇ ਜੀ ਜੀ ਡਾਂਗ ਨਾਲ ਨਹੀਂ ਕਦੇ ਵੀ ਹੁੰਦੇ ਦੇਖੋ 72 ਸਾਲ ਹੋ ਗਏ ਆਜ਼ਾਦ ਹੋਇਆ ਨੂੰ ਮੁਲਕ ਦਾ ਕੀ ਹਾਲ ਹੋ ਗਿਆ ਜੀ ਜੀ ਲੋਕਾਂ ਤੋਂ ਕਹਿੰਦੇ ਸੁਣਿਆ ਜਿਹੜੇ ਬਜ਼ੁਰਗ ਨੇ ਕਾਫੀ ਉਮਰ ਦੇ ਉਹ ਕਹਿੰਦੇ ਨੇ ਇਹਨਾਂ ਨਾਲ ਤੋਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ ਉਹ ਕਿਉਂ ਕਹਿੰਦੇ ਨੇ ਬਾਕੀ ਜਿਹੜੀ 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 ਇਹ ਸਾਰੇ ਜਿਹੜੇ ਆਪਾਂ ਇਸ ਵੇਲੇ ਆਪਣੇ ਸੰਸਦ ਦੇ ਵਿੱਚ ਬਹਿੰਦੇ ਨੇ ਇਹ ਲੋਕ ਜਿਵੇਂ ਆਈ ਥਿੰਕ ਭੋਗਲ ਜੀ ਬਹੁਤ ਅਹਿਮ ਸਵਾਲ ਤੁਸੀਂ ਚੁੱਕਿਆ ਮੈਂ ਇਹ ਸਵਾਲ ਗੱਲਬਾਤ ਅਸੀਂ ਕਰਦੇ ਹਾਂ ਨਵੀਨ ਜੀ ਹੋਰਾਂ ਨਾਲ ਥੈਂਕ ਯੂ ਵੈਰੀ ਮੱਚ ਨਵੀਨ ਭੋਗਲ ਜੀ ਬਹੁਤ ਸਾਰੇ ਕਾਲਰਸ ਇਸ ਟਾਈਮ ਕਿਊ ਦੇ ਵਿੱਚ ਨੇ ਅਸੀਂ ਉਹਨਾਂ ਦਾ ਵੀ ਇੱਕ ਦੋ ਗੱਲਾਂ ਹੋਰ ਕਰਨੀਆਂ ਸੀ ਜੀ ਜੀ ਜਲਦੀ ਕੰਪਲੀਟ ਕਰਿਓ ਜਲਦੀ ਕੰਪਲੀਟ ਕਰਿਓ ਇੱਕ ਦੋ ਕਰਨੀਆਂ ਸੀ ਜਿਹੜੀ ਜਿਹੜੀ ਸ਼ਰਮਾ ਜੀ ਨੇ ਗੱਲ ਕੀਤੀ ਮੈਂ ਬਿਲਕੁਲ ਸਹਿਮਤ ਹਾਂ ਸੰਸਦ ਦੇ ਵਿੱਚ ਜਦੋਂ ਬਹਿੰਦੇ ਨੇ ਸਾਰੇ ਪਾਰਟੀਆਂ ਇੰਨਾ ਰੌਲਾ ਰੱਪਾ ਪਾਉਂਦੇ ਨੇ ਅਸੀਂ ਤਾਂ ਕੁਰਸੀਆਂ ਚੱਲਦੀਆਂ ਦੇਖੀਆਂ ਨੇ ਜੀ 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 ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਇਹਨਾਂ ਨੂੰ ਮੈਂ ਬੜਾ ਹੈਰਾਨ ਹੁੰਦਾ ਵੀ ਇਹਨਾਂ ਨੂੰ ਕੋਈ ਪੁੱਛੇ ਕਿ ਤੁਸੀਂ ਸੱਚ ਪਾਰਲੀਮੈਂਟ ਦੇ ਵਿੱਚ ਬੈਠੇ ਹੋ ਤੁਹਾਨੂੰ ਚੇਤਾ ਭੁੱਲ ਜਾਂਦਾ ਤੁਹਾਨੂੰ ਚੇਤਾ
ਨੇਤਾ ਭੁੱਲ ਜਾਂਦਾ ਕਿ ਇੱਥੇ ਡੈਮੋਕਰੇਸੀ ਆ, ਇੱਥੇ ਲੋਕ ਰਾਜ ਆ, ਤੁਹਾਡਾ ਅਨੁਸ਼ਾਸਨ ਕਿੱਧਰ ਗਿਆ, ਤੁਹਾਡੀ ਤੁਹਾਡੀ ਜਿਹੜੀ ਡਿਸਿਪਲਿਨ ਆ ਉਹ ਕਿੱਧਰ ਚਲੇ ਜਾਂਦਾ? ਮੋਰਲ ਵੈਲਿਊਜ਼, ਐਥਿਕ ਵੈਲਿਊਜ਼ ਕਿਉਂ ਚਲੇ ਜਾਂਦੀ ਹੈ ਜਿਸ ਵੇਲੇ ਕੁਰਸੀਆਂ ਚਲਾਉਂਦੇ ਨੇ? ਜੀ ਜੀ ਜੀ, ਜਿਸ ਵੇਲੇ ਕੁਰਸੀਆਂ ਚਲਾਉਂਦੇ ਨੇ, ਗਾਲ ਗਲੋਚੀ ਕਰਦੇ ਨੇ, ਖੜ ਕੇ ਬਾਹਾਂ ਕੱਢ ਕੱਢ ਕੇ ਮਿਹਨਤ ਤਾਨੇ ਕਰਦੇ ਨੇ, ਮੈਂ ਕਹਿੰਦਾ ਇਹ ਸਾਰੇ ਤਾਂ ਕਰਦੇ ਨੇ ਕਿਉਂਕਿ ਉੱਥੇ ਬਣਾਉਟੀ ਖਾਣਾ, ਹਿੰਦੁਸਤਾਨ ਦੇ ਵਿੱਚ ਬਣਾਉਟੀ ਖਾਣਾ ਖਾਂਦੇ ਨੇ, ਔਰ ਇਹਨਾਂ ਦੀ ਮੱਤ ਵੀ ਬਣਾਉਟੀ ਬਣ ਗਈ ਆ, ਮੱਤ ਵੀ ਇਹਨਾਂ ਦੀ ਖੋਟੀ ਹੋ ਚੁੱਕੀ ਆ। ਕੱਲ ਪਰਸੋਂ 3 ਫੈਕਟਰੀਆਂ ਫੜੀਆਂ ਜਿੱਥੇ ਦੁੱਧ ਵਿੱਚ ਮਿਲਾਵਟ, ਜਿੱਥੇ ਘਿਓ ਵਿੱਚ ਮਿਲਾਵਟ, ਜਿੱਥੇ ਜਿੱਥੇ ਪਨੀਰ ਵਿੱਚ ਮਿਲਾਵਟ, ਤੇ ਇਹ ਖਾਂਦੇ ਹੀ ਨੇ ਨਾ। ਉਹ ਦੀਵਾਲੀ ਆ ਰਹੀ ਹੈ ਜੀ, ਹੁਣ ਹੁਣ ਬਹੁਤ ਸਾਰੀ ਖਬਰਾਂ ਆਉਣਗੀਆਂ, ਦੀਵਾਲੀ ਨਜ਼ਦੀਕ ਆ ਰਹੀ ਹੈ ਤੇ ਖਬਰਾਂ ਆਉਣਗੀਆਂ। ਜੀ ਜੀ ਜੀ, ਗੱਲ ਹੋ ਰਹੀ ਜਿਹੜਾ ਉਹਨਾਂ ਬਹੁਤ ਬਹੁਤ ਧੰਨਵਾਦ। ਕੁਰਸੀਆਂ ਲੋਕ ਸਭਾ ਇੱਥੇ ਨਾ, ਇੱਕ ਸਵਾਲ ਮੇਰਾ ਨਵੀਨ ਜੀ ਜ਼ਰੂਰ ਬਣਦਾ ਹੈ, ਆਈ ਵੁਡ ਲਾਈਕ ਟੂ ਨੋ ਕਿ ਵੀ ਹੈਵ ਸੀਨ ਦ ਸੈਸ਼ਨ ਇਨ ਇੰਡੀਆ, ਰਾਈਟ, ਐਂਡ ਈਵਨ ਵੀ ਹੈਵ ਸੀਨ ਦ ਸੈਸ਼ਨ ਇਨ ਅਮੈਰੀਕਾ, ਇਨ ਸਮ ਅਦਰ ਕੰਟਰੀਜ਼ ਲਾਈਕ ਇਨ ਕੈਨੇਡਾ, ਇਨ ਯੂਕੇ, ਐਂਡ ਯੂਰੋਪ। ਸੋ ਦੇ ਹੈਵ ਦੈਟ ਡਿਸੈਂਸੀ ਟੂ ਯੂ ਨੋ ਸ਼ੋ ਦੇਅਰ ਥਿੰਗਸ, ਆਪਣੀ ਗੱਲ ਨੂੰ ਰੱਖਣ ਦਾ ਉਹਨਾਂ ਦਾ ਇੱਕ ਬਹੁਤ ਹੀ ਬਿਹਤਰੀਨ ਤਰੀਕਾ ਹੁੰਦਾ। ਈਵਨ ਇੱਥੇ ਵੀ ਬੜੇ ਗਰਮਾ ਗਰਮੀ ਹੁੰਦੀ ਹੈ, ਬਟ ਉਸ ਗਰਮਾ ਗਰਮੀ 'ਚ, ਇਸ ਗਰਮਾ ਗਰਮੀ 'ਚ ਬਹੁਤ ਜ਼ਮੀਨ ਆਸਮਾਨ ਦਾ ਫਰਕ ਹੈ। ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਕਿ ਇਹ ਆਖਿਰਕਾਰ ਇਸ ਦੇ ਵਿੱਚ ਕੀ ਡਿਫਰੈਂਸ ਹੈਗਾ। ਵੀ ਵਿਲ ਲਾਈਕ ਟੂ ਨੋ ਦਿਸ ਓਪੀਨੀਅਨ ਫਰੋਮ ਮਿਸਟਰ ਨਵੀਨ ਸ਼ਰਮਾ ਆਫਟਰ ਦਿਸ ਸ਼ੋਰਟ ਬ੍ਰੇਕ। ਆ ਰਹੇ ਨਿੱਕੇ ਜਿਹੇ ਵਕਫੇ ਤੋਂ ਬਾਅਦ।